ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾਨੀ ਅਤੇ ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਬਾਰੇ ਜਾਣਕਾਰੀ ਦੇ ਰਹੇ ਹਾਂ ਇਹ ਜੋ ਸੁਰਾਜ ਆਇਆ ਹੈ ਉਸੇ ਹਮ ਮਜ਼ਬੂਤੀ ਸੇ ਆਪਣੇ ਪਾਸ ਰੱਖੇਗੇ ਤਾਂ ਕਿ ਕੋਈ ਦੂਸਰਾ ہماری ਤਰਫ ਟੇਢੀ ਨਜ਼ਰ ਵੀ ਉਠਾ ਕੇ ਦੇਖੇ ਤੋ ਹਮ ਉਸਕਾ ਪੂਰੀ ਤਰਫ ਸੇ ਮੁਕਾਬਲਾ ਕਰ ਸਕੇ ਅੱਜ ਦੀ ਲੜੀ ਚ ਅਸੀਂ ਸੁਤੰਤਰਤਾ ਸੈਨਾਨੀ ਅਤੇ ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਦੇਹਾਂਤ 11 ਜਨਵਰੀ 1966 ਨੂੰ ਹੋਇਆ ਸੀ ਲਾਲ ਬਹਾਦਰ ਸ਼ਾਸਤਰੀ ਉੱਪਰ ਸਵਾਮੀ ਵਿਵੇਕਾਨੰਦ ਮਹਾਤਮਾ ਗਾਂਧੀ ਤੇ ਐਨੀ ਬੇਸੈਂਟ ਦਾ ਗਹਿਰਾ ਪ੍ਰਭਾਵ ਸੀ ਉਹ ਮਹਾਤਮਾ ਗਾਂਧੀ ਦੇ ਮਾਰਗ ਦਰਸ਼ਨ ਵਿੱਚ 1920 ਦੇ ਦਹਾਕੇ 'ਚ ਸੁਤੰਤਰਤਾ ਅੰਦੋਲਨ 'ਚ ਸ਼ਾਮਲ ਹੋਏ ਸਨ 1965 ਦੇ ਭਾਰਤ ਪਾਕਿਸਤਾਨ ਯੁੱਧ ਦੇ ਦੌਰਾਨ ਉਹਨਾਂ ਨੇ ਦੇਸ਼ ਦੀ ਅਗਵਾਈ ਕੀਤੀ ਤੇ ਭਾਰਤੀਆਂ ਨੂੰ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਜੈ ਜਵਾਨ जय किसान जय किसान।, किसान लाल बहादुर शास्त्री ਦਾ ਜਨਮ ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੇ ਨਜ਼ਦੀਕ ਹੋਇਆ ਸੀ ਬਚਪਨ ਤੋਂ ਹੀ ਪੜਨ ਚ ਰੁਚੀ ਰੱਖਣ ਵਾਲੇ Shastri ji ਚੱਪਲਾਂ ਤੋਂ ਬਿਨਾਂ ਕਈ ਮੀਲ ਪੈਦਲ ਚੱਲ ਕੇ ਵਾਰਾਨਸੀ ਚ ਆਪਣੇ ਸਕੂਲ ਜਾਂਦੇ ਸਨ ਗਰਮੀਆਂ ਦੀ ਧੁੱਪ ਚ ਤਪਦੀਆਂ ਗਲੀਆਂ ਵਿੱਚੋਂ ਉਹ ਨੰਗੇ ਪੈਰ ਲੰਘਦੇ ਸਨ ਉਮਰਵਧਨ ਨਾਲ ਸੁਤੰਤਰਤਾ ਅੰਦੋਲਨ ਚ ਉਹਨਾਂ ਦੀ ਰੁਚੀ ਵੀ ਬਧੀ ਸਿਰਫ 11 ਵਰਿਆਂ ਦੀ ਉਮਰ 'ਚ ਹੀ ਉਹ ਮਹਾਤਮਾ ਗਾਂਧੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ ਜਨਵਰੀ 1921 'ਚ ਜਦੋਂ ਲਾਲ ਬਹਾਦਰ ਸ਼ਾਸਤਰੀ 10ਵੀਂ ਜਮਾਤ ਵਿੱਚ ਪੜ੍ਹਦੇ ਸਨ ਤੇ ਉਹਨਾਂ ਦੀ ਫਾਈਨਲ ਪ੍ਰੀਖਿਆ 'ਚ ਸਿਰਫ 3 ਮਹੀਨੇ ਬਾਕੀ ਸਨ ਉਹਨਾਂ ਨੇ ਬਨਾਰਸ 'ਚ ਮਹਾਤਮਾ ਗਾਂਧੀ ਤੇ ਪੰਡਿਤ ਮਦਨ ਮੋਹਨ ਮਾਲਵੀਆ ਦੀ ਜਨ ਸਭਾ ਵਿੱਚ ਹਿੱਸਾ ਲਿਆ ਵਿਦਿਆਰਥੀਆਂ ਨੂੰ ਸਰਕਾਰੀ ਸਕੂਲ ਛੱਡਣ ਅਤੇ ਅਸਹਿਯੋਗ ਅੰਦੋਲਨ 'ਚ ਸ਼ਾਮਲ ਹੋਣ ਦੇ ਮਹਾਤਮਾ ਗਾਂਧੀ ਦੇ ਆਹਵਾਣ ਤੋਂ ਪ੍ਰੇਰਿਤ ਹੋ ਕੇ ਸ਼ਾਸਤਰੀ ਜੀ ਨੇ ਅਗਲੇ ਦਿਨ ਤੋਂ ਹੀ ਸਕੂਲ ਛੱਡ ਦਿੱਤਾ ਅਤੇ ਅਸਹਿਯੋਗ ਅੰਦੋਲਨ ਨਾਲ ਜੁੜ ਗਏ ਬਾਅਦ ਵਿੱਚ ਉਹਨਾਂ ਨੇ ਵਾਰਾਨਸੀ 'ਚ ਕਾਸ਼ੀ ਵਿਦਿਆਪੀਠ ਵਿੱਚ ਪੜ੍ਹਾਈ ਕੀਤੀ ਇੱਥੇ ਉਹ ਮਹਾਨ ਬੁੱਧੀਜੀਵੀਆਂ ਤੇ ਰਾਸ਼ਟਰਪੱਤਾਂ ਦੇ ਸੰਪਰਕ ਵਿੱਚ ਆਏ ਲਾਲ ਬਹਾਦਰ ਸ਼ਾਸਤਰੀ ਲੋਕ ਸੇਵਕ ਮੰਡਲ ਨਾਲ ਆਜੀਵਨ ਮੈਂਬਰ ਦੇ ਤੌਰ ਤੇ ਜੁੜੇ ਇਸ ਨੂੰ ਲਾਲਾ ਲਾਜਪਤ ਰਾਏ ਨੇ ਸਥਾਪਿਤ ਕੀਤਾ ਸੀ ਲੋਕ ਸੇਵਕ ਮੰਡਲ ਦੇ ਤਹਿਤ ਉਹਨਾਂ ਨੇ ਬਿਹਾਰ ਦੇ ਮੁਜ਼ਫਰਪੁਰ ਵਿੱਚ ਮਹਾਤਮਾ ਗਾਂਧੀ ਦੇ ਨਿਰਦੇਸ਼ ਤੇ ਤਥਾ ਕਥਿਤ ਪਛੜੀਆਂ ਜਾਤੀਆਂ ਦੇ ਕਲਿਆਣ ਲਈ ਕੰਮ ਸ਼ੁਰੂ ਕੀਤਾ ਸਿਵਲ ਨਾਫਰਮਾਨੀ ਅੰਦੋਲਨ ਦੇ ਦੌਰਾਨ ਲਾਲ ਬਹਾਦਰ ਸ਼ਾਸਤਰੀ ਨੇ ਵੱਡੀ ਗਿਣਤੀ ਚ ਅਭਿਆਨਾਂ ਦੀ ਅਗਵਾਈ ਕੀਤੀ ਤੇ 7 ਸਾਲ ਦਾ ਸਮਾਂ ਬ੍ਰਿਟਿਸ਼ ਸਰਕਾਰ ਦੀਆਂ ਜੇਲ੍ਹਾਂ ਚ ਬਿਤਾਇਆ 1946 ਚ ਜਦੋਂ ਕਾਂਗਰਸ ਸਰਕਾਰ ਦੀ ਸਥਾਪਨਾ ਹੋਈ ਤਾਂ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਾਸਨ ਵਿੱਚ ਰਚਨਾਤਮਕ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਉਨਾਂ ਨੂੰ ਉਹਨਾਂ ਦੇ ਗ੍ਰਹਿ ਰਾਜ ਉੱਤਰ ਪ੍ਰਦੇਸ਼ ਵਿੱਚ ਸੰਸਦੀ ਸਚਿਵ ਬਣਾਇਆ ਗਿਆ ਅਤੇ ਜਲਦੀ ਹੀ ਉਹ ਗ੍ਰਹਿ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਏ 1951 ਵਿੱਚ ਉਹ ਨਵੀਂ ਦਿੱਲੀ ਆ ਗਏ ਤੇ ਕੇਂਦਰੀ ਮੰਤਰੀ ਮੰਡਲ ਵਿੱਚ ਵੱਖ-ਵੱਖ ਵਿਭਾਗਾਂ ਦੇ ਮੰਤਰੀ ਰਹੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੇਹਾਨ ਤੋਂ ਬਾਅਦ ਸ਼ਾਸਤਰੀ ਜੀ 9 ਜੂਨ 1964 ਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ہمارے ਸਦੀ ਮੱਧੇ ਇੱਕ ਰਾਸ਼ और एक देश की पृष्ठभूमि में हल होने चाहिए आइए हम सब इसका प्रयास करें ताकि हमारे अंदर एकता हो तो हमें ऐसे रास्ते निकालने होंगे जिनसे ज्यादा से ज्यादा मेल जोल और बातचीत कर समझौते और शांति के साधन खोजे जा सके संगठन और अनुशासन से ही राष्ट्र बलवान होते हैं प्रधानमंत्री के तौर पर शास्त्री जी की सब तो औखी प्रख्या 1965 ਦਾ ਭਾਰਤ-ਪਾਕਿਸਤਾਨ ਯੁੱਧ ਉਹਨਾਂ ਨੇ ਸਿਆਸੀ ਨੇਤਾਵਾਂ, ਨੌਕਰਸ਼ਾਹੀ ਅਤੇ ਸਸ਼ਸਤਰ ਸਿਨਾਵਾਂ ਦੇ ਸਮਰਥਨ ਨਾਲ ਪੂਰੀ ਦ੍ਰਿੜਤਾ, ਮਜ਼ਬੂਤ ਸੰਕਲਪ ਅਤੇ ਵਧੀਆ ਨੀਤੀ ਦੇ ਨਾਲ ਪਾਕਿਸਤਾਨ ਦੀਆਂ ਹਰਕਤਾਂ ਦਾ ਟੁਕਮਾ ਜਵਾਬ ਦਿੱਤਾ। भारत पाकिस्तान युद्ध समाप्त होने उन्होंने देश न करते दे हुए कहा कि पाकिस्तान जवाब आज सवेरे साढ़े तीन बजे भारत और पाकिस्तान में लड़ाई बंद हो गई पाकिस्तान ने हमारे देश में हमलावरों को पाँच अगस्त को भेज कर ये लड़ाई शुरू की थी अब ब्लैक आउट नहीं रहेगा अंधेरा नहीं रखा जाएगा लेकिन ये न समझिए कि पूरी शांति हो गई हमें गंभीरता से विचार करना है कि इस समय क्या स्थिति है और आगे क्या हो सकती है हम तो चाहते हैं और हमारी सदा ख्वाहिश रही है कि भारत और पाकिस्तान के बीच शांति रहे लेकिन हम असलियत की ओर से भी आंखें बंद नहीं कर सकते मैं साफ कह देना चाहता हूं कि अगर पाकिस्तान जम्मू और कश्मीर राज पर जो भारत का टूट हिस्सा है या हमारे किसी और इलाके पर फिर से हमला करता है ਉਹਮ ਉਸਕਾ ਪੂਰੀ ਤਾਕਤ ਔਰ ਮਜ਼ਬੂਤੀ ਸੇ ਮੁਕਾਬਲਾ ਕਰੇਗੇ 11 ਜਨਵਰੀ 1966 ਨੂੰ ਉਜ਼ਬੇਕਿਸਤਾਨ ਦੇ ਤਾਸ਼ਕੰਤ ਵਿੱਚ ਸ਼ਾਸਤਰੀ ਜੀ ਦਾ ਦੇਹਾਂਤ ਹੋ ਗਿਆ ਇਸ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ 1965 ਦੇ ਭਾਰਤ-ਪਾਕਿਸਤਾਨ ਯੁੱਧ ਦੇ ਸ਼ਾਂਤੀ ਸਮਝੌਤੇ ਤੇ ਦਸਤਖਤ ਕੀਤੇ ਸਨ ਲਾਲ ਬਹਾਦਰ ਸ਼ਾਸਤਰੀ ਦੀ ਸਫਲਤਾ ਡੂੰਗੇ ਵਿਚਾਰ ਵਟਾਂਦਰੇ ਤੋਂ ਬਾਅਦ ਸਭ ਦੀ ਸਲਾਹ ਨਾਲ ਫੈਸਲੇ ਲੈਣ ਦੀ ਸਮਰੱਥਾ ਤੇ ਹੀ ਨਿਰਭਰ ਕਰਦੀ ਸੀ ਇਸ ਮਹਾਨ ਨੇਤਾ ਨੂੰ ਸਾਡਾ ਨਮਨ